ਪੰਜਾਬ ਦੇ ਵਿੱਚ ਸੱਤੇ ਚਰਨ ਦੀਆਂ ਵੋਟਾਂ ਮੁਕੰਮਲ ਹੋ ਚੁੱਕੀਆਂ ਨੇ ਤੇ ਹੁਣ ਉਮੀਦਵਾਰਾਂ ਦੀ ਜੋ ਕਿਸਮਤ ਹੈ ਉਹ EVM ਦੇ ਵਿੱਚ ਕੈਦ ਹੈ ਔਰ 4 ਜੂਨ ਨੂੰ ਨਤੀਜੇ ਆਉਣੇ ਨੇ ਔਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਦੇਸ਼ ਦੀ ਸੱਤਾ ਦੀ ਵਾਕਡੋਰ ਕਿਸ ਸਰਕਾਰ ਦੀ ਅੱਜ ਜਾਂਦੀ ਹੈ ਕਿਹੜੀ ਪਾਰਟੀ ਦੇਸ਼ ਨੂੰ ਫਿਰ ਸਿਖਰਾਂ ਤੇ ਲੈ ਕੇ ਜਾਂਦੀ ਹੈ ਪਰ ਉੱਥੇ ਹੀ ਐਗਜ਼ਿਟ ਪੋਲਾਂ ਦੀ ਗੱਲ ਕਰੀਏ ਪੰਜਾਬ ਦੇ ਐਗਜ਼ਿਟ ਪੋਲਾਂ ਦੀ ਗੱਲ ਕਰੀਏ ਤਾਂ ਜਿਸ ਵਿੱਚ 8 ਤੋਂ 10 ਸੀਟਾਂ ਕਾਂਗਰਸ ਨੂੰ ਜਾਂਦੀਆਂ ਹੋਈਆਂ ਵਿਖਾਈ ਦਿੰਦੀਆਂ ਨੇ ਔਰ ਇਸੇ ਚਰਚਾ ਦੇ ਲਈ ਸਾਡੇ ਨਾਲ ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਜੀ ਮੌਜੂਦ ਨੇ ਔਜਲਾ ਜੀ ਕਿੱਦਾਂ ਦੇਖਦੇ ਹੋ ਜੋ ਐਗਜ਼ਿਟ ਪੋਲ ਹੈ ਕੱਲ ਸ਼ਾਮ ਤੋਂ ਹੀ 5 ਵਜੇ ਤੋਂ ਬਾਅਦ ਹੀ ਜਿੱਤਰਾ ਹੀ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਈ ਤਾਂ ਉਸ ਤੋਂ ਬਾਅਦ ਦੇ ਹੀ ਟੀਵੀ ਸੁਰਖੀਆਂ ਤੇ ਆਣਾ ਸ਼ੁਰੂ ਹੋ ਗਿਆ ਤੁਸੀਂ ਇਹ ਸਭ ਨੂੰ ਦੇਖ ਕੇ ਤਕੋ ਬਿਲਕੁਲ ਸਹੀ ਗੱਲ ਹੈ ਬਾਕੀ ਫਿਰ ਵੀ ਪਰਸੋ ਜਿਹੜੇ ਨਤੀਜੇ ਆਉਣਗੇ ਉਹਨਾਂ ਦੇ ਬਹੁਤ ਕੁਝ ਮਤੰਤ ਅੰਸਰ ਕਰਦਾ ਹੈ ਪਰ ਜਿਹੜਾ ਲੋਕਾਂ ਦਾ ਹਾਪ-ਹਾਪ ਸੀ ਉਹ ਲੋਕਾਂ ਦਾ ਦੋਵਾਂ ਸਰਕਾਰਾਂ ਦੇ ਵਿਰੁੱਧ ਗੁੱਸਾ ਸੀ ਇੱਕ ਸੈਂਟਰਲ ਗਵਰਨਮੈਂਟ ਇੱਕ ਪੰਜਾਬ ਗਵਰਨਮੈਂਟ ਦੇਗੇ ਇਸ ਵੀ ਔਰ ਦੋਨਾਂ ਸਰਕਾਰਾਂ ਨੇ ਇਸ ਲੋਕਾਂ ਨੇ ਵੋਟ ਕੀਤੀ ਔਰ ਸਭ ਤੋਂ ਵਧੀਆ ਬਦਲ ਉਹਨਾਂ ਕੋ ਕਾਂਗਰਸ ਪਾਰਟੀ ਹੈ ਕਿਉਂਕਿ ਸੈਕੂਲਰ ਹੈ ਪਾਰਟੀ ਸਾਰਿਆਂ ਨਾਲ ਲੈ ਕੇ ਚੱਲਦੀ ਹੈ ਲੋਕ ਭਲਾਈ ਕੰਮ ਕਰਦੀ ਹੈ ਔਰ ਇਸ ਕਰਕੇ ਲੋਕਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਤਰਜੀਹ ਦਿੱਤੀ ਹੈ ਕਿਉਂਕਿ ਬਹੁਤ ਜ਼ਿਆਦਾਤਰ ਪਾਰਟੀਆਂ ਜਿਹੜੀਆਂ ਨੇ ਇਹ ਦੋਨੋਂ ਪਾਰਟੀਆਂ ਸੀ ਬੀਜੇਪੀ ਅਕਾਲੀ ਦਲ ਦੋਨੇ ਧਰਮ ਦੀ ਰਾਜਨੀਤੀ ਕਰ ਰਹੀਆਂ ਸੀ ਔਰ ਇੱਕ ਧਰਮ ਦੀ ਰਾਜਨੀਤੀ ਕਰਕੇ ਤੁਸੀਂ ਸਾਰੇ ਸਮਾਜ ਦਾ ਭਲਾ ਨਹੀਂ ਕਰ ਸਕਦੇ ਇਹ ਤਾਂ ਬੜੀ ਕਲੀਅਰ ਜੀ ਗੱਲ ਹੈ ਤੁਹਾਨੂੰ ਸਾਰਿਆਂ ਨੂੰ ਨਾਲ ਰੱਖ ਕੇ ਚੱਲਣਾ ਪਊਗਾ ਕਨਸਟੀਟਿਊਸ਼ਨ ਵਿੱਚ ਇਹੀ ਆਂਦਾ ਕਿ ਸਾਰਿਆਂ ਦੇ ਅਧਿਕਾਰ ਬਰਾਬਰ ਨੇ ਸਾਰੇ ਧਰਮ ਬਰਾਬਰ ਨੇ ਸਾਰੇ ਵਰਗ ਬਰਾਬਰ ਨੇ ਪਰ ਇਹ ਉਹਦੇ ਅੰਗੇਸਟ ਕੰਮ ਕਰਦੇ ਸੋ ਪੰਜਾਬ ਦੇ ਲੋਕ ਜਿਹੜੇ ਥੋੜੇ ਜੇ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਦੇਖਦੇ ਆ ਔਰ ਇਹਨਾਂ ਤੇ ਅੱਛੇ ਤਰੀਕੇ ਦੇ ਨਾਲ ਇਹ ਲੋਕ ਆਪਣਾ ਜਿਹੜਾ ਮਤ ਦਾ ਦਾਨ ਕਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਇਹ ਚੀਜ਼ ਜਿਹੜੀਆਂ ਨੇ ਸਾਡੇ ਫਿਊਚਰ ਵਾਸਤੇ ਠੀਕ ਨਹੀਂ ਹੈਗੀਆਂ। ਕਾਂਗਰਸ ਪਾਰਟੀ ਨੇ ਹੋਰਨਾ ਸਿਆਸੀ ਧਿਰਾਂ ਦੇ ਨਾਲ ਦੇਸ਼ ਦੀਆਂ ਨਾਲ ਹੱਥ ਮਿਲਾਇਆ ਇੰਡੀਆ ਲਾਇੰਸ ਬਣਾਇਆ ਪਰ ਐਗਜ਼ਿਟ ਪੋਲਾਂ ਦੀ ਗੱਲ ਕਰੀਏ ਤਾਂ ਇੰਡੀਆ ਲਾਇੰਸ ਦੇ ਜਿਹੜੀਆਂ ਜੋ ਸੀਟਾਂ ਨੇ ਉਹ ਕਾਫੀ ਘੱਟ ਨੇ ਬਹੁਮਤ ਤੋਂ ਵੀ ਕਹਿ ਸਕਦੇ ਆ ਕਿ 1/3 ਤੋਂ ਵੀ ਥੇਟਾਂ ਨੇ ਇਹ ਸਭ ਨੂੰ ਕਿਸਾ ਦੇ ਕਿਉਂਕਿ ਉਹ ਚੀਜ਼ ਜਿਹੜੀ ਐਗਜ਼ਿਟ ਪੋਲ ਜਿਹੜਾ ਦੇ ਰਿਹਾ ਵਾ ਉਹ ਪਿਛਲੇ ਲੰਬੇ 10 ਸਾਲ ਤੋਂ ਜਿਹੜੇ ਉਹ ਚੈਨਲ ਦੇ ਰਹੇ ਨੇ ਜਿਹੜੇ ਪੱਕੇ ਤੌਰ ਤੇ ਬੀਜੇਪੀ ਦੇ ਆਫਿਸ ਤੋਂ ਚੱਲਦੇ ਨੇ ਕਹਿਣ ਨੂੰ ਦੂਸਰੇ ਪ੍ਰਾਈਵੇਟ ਬੰਦਿਆਂ ਦੇ ਪਰ ਕਰ ਉਹਨਾਂ ਜਦੋਂ ਉਹਨਾਂ ਨੇ 10 ਸਾਲ ਇਹਨਾਂ ਉਹਨਾਂ ਦਾ ਮਤਲਬ ਪ੍ਰਚਾਰ ਕੀਤਾ ਤੇ ਹੁਣ 4 ਸਾਲ 4 ਮਹੀਨੇ 4 ਦਿਨ ਨਾ ਕੀਏ 2 ਦਿਨ ਰਹਿ ਗਏ ਨੇ ਅੱਜ ਦਾ ਤੇ ਕੱਲ ਦਾ ਦੇਣਾ ਪਰ ਸੋ ਨਤੀਜੇ ਆਜਣੇ ਉਹ ਹੁਣ ਵੀ ਕਹਿਣਗੇ ਵੀ ਅਸੀਂ ਤੇ ਬਣਾਤੀ ਹੁਣ ਲੋਕ ਨਹੀਂ ਮੰਨੇ ਅਸੀਂ ਕੀ ਕਰੀਏ ਖੇਤੇ ਦੇ ਹੀ ਹੋਣਾ ਨਾ ਕਿਉਂਕਿ ਜਿੰਨੀਆਂ ਵੀ ਸਰਕਾਰਾਂ ਜਿੱਥੇ ਵੀ ਕਿਤੇ ਸਟੇਟ ਚ ਬਣੀਆਂ ਨੇ ਜਾਂ ਕਿਤੇ ਵੀ ਬਣੀਆਂ ਨੇ ਉਹ ਸਰਕਾਰਾਂ ਹਮੇਸ਼ਾ ਹੀ ਜਿਹੜੀ ਕਾਂਗਰਸ ਪਰਟੀ ਨੇ ਜਾਂ ਉਹਨਾਂ ਦੇ ਅੰਗੇਸ਼ਟ ਬਣੀਆਂ ਨੇ ਤੇ ਉਹ ਦਾ ਐਂਡ ਤੱਕ ਇਹੀ ਕਹਿੰਦੇ ਰਹੇ ਆ ਇਨੇ ਇੱਥੇ ਬੀਜੇਪੀ ਬਣੇਗੀ ਜੀ ਜਾਂ ਬੀਜੇਪੀ ਲਾਇਸੈਂਸ ਦੇ ਬੰਦੇ ਮਤਲਬ ਪਾਰਟੀਆਂ ਜਿਹੜੀਆਂ ਉਹ ਸਰਕਾਰ ਬਣਾਉਣਗੇ ਪਰ ਉੱਥੇ ਹਮੇਸ਼ਾ ਹੀ ਉਲਟ ਬਣਦੇ ਰਹੇ ਸੋ ਉਹਨਾਂ ਦਾ ਤੇ ਉਹ ਆਪਣਾ ਫਰਜ਼ ਅਦਾ ਕਰ ਰਹੇ ਨੇ ਚੈਨਲ ਠੀਕ ਹੈ ਬਟ ਜਿਹੜਾ ਰਿਜ਼ਲਟ ਹੈ ਉਹ ਮਾਤਾ ਦਾ ਜਿਹੜਾ ਉਹ ਉਹਨੇ ਵੋਟਾ ਮਸ਼ੀਨਾਂ ਦੇ ਵਿੱਚ ਆਪਣੀ ਮਤਾਦਾਨ ਕੀਤਾ ਉਹ ਚਾਰ ਦਿਨ ਨੂੰ ਪਤਾ ਲੱਗਣੇ ਔਰ ਇੰਡੀਆ ਲਾਇਸੈਂਸ ਦੀ ਸਰਕਾਰ ਬਣੇਗੀ ਪਾਣ ਪਾਤ ਕਈ ਆਗੂਆਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਤਾਂ 1 ਜੂਨ ਤੋਂ ਬਾਅਦ ਜੇਲ੍ਹ ਵਿਖੇ ਸੈਂਟਰ ਕਰਨਾ ਸੀ ਪਰ ਉੱਥੇ ਹੀ ਰਾਹੁਲ ਗਾਂਧੀ ਹੋਣੀ ਵੀ 5 ਤਰੀਕ ਨੂੰ ਬਾਹਰ ਵਿਦੇਸ਼ ਘੁੰਮਣ ਜਾ ਰਹੇ ਨੇ ਔਰ ਇਸ ਤੋਂ ਚੀਜ਼ਾਂ ਤੋਂ ਕਲੀਅਰ ਹੋ ਰਿਹਾ ਕਿ ਉਹ ਪਹਿਲਾਂ ਹੀ ਹਾਰ ਮੰਨ ਚੁੱਕੇ ਨੇ ਐਗਜ਼ਿਟ ਪੋਲਾਂ ਨੂੰ ਦੇਖ ਕੇ ਹੀ ਘਬਰਾ ਗਏ। ਇਹੋ ਜੀ ਕੋਈ ਗੱਲ ਨਹੀਂ ਉਹ ਸਾਰੇ ਸਾਡਾ ਰਾਹੁਲ ਗਾਂਧੀ ਸਾਡੀ ਪਾਰਟੀ ਦੇ ਮਤਲਬ ਬਹੁਤ ਸੀਨੀਅਰ ਔਰ ਵਧੀਆ ਲੀਡਰ ਨੇ ਪਰ ਪ੍ਰਧਾਨ ਖੜਗੇ ਸਾਹਿਬ ਨੇ ਫੈਸਲਾ ਖੜਗੇ ਸਾਹਿਬ ਨੇ ਲੈਣਾ ਉਹ ਇੱਥੇ ਹੀ ਨੇ। ਚੇਅਰਪਰਸਨ ਸੋਨੀਆ ਗਾਂਧੀ ਜੀ ਨੇ ਉਹ ਇੱਥੇ ਹੀ ਨੇ। ਉਹ ਕਦੀ ਵੀ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਬਾਹਰ ਤੇ ਰਹਿ ਕੇ ਹੁਣ ਜਿੱਦਾਂ ਇਹਨਾਂ ਦੀ ਸਰਕਾਰ ਰਹੀ ਹੈ ਅ ਪਿਛਲੇ ਜਿਹੜੇ ਭਾਜਪਾ ਦੀ ਸਰਕਾਰ ਰਹੀ ਹੈ ਇਹਨਾਂ ਨੂੰ ਪੁੱਛੋ ਕਿ ਇਹ ਮੰਤਰੀ ਤੇ ਪੱਲੇ ਕੋਈ ਮਤਲਬ ਕੋਈ ਗੱਲ ਕਰ ਸਕਦਾ ਸੀ ਉਹਨਾਂ ਸਾਰੇ ਦਾ ਰਿਮੋਟ ਕੰਟਰੋਲ ਇਹਨਾਂ ਦੇ ਕੋਲ ਸੀ ਉਹ ਜਿਵੇਂ ਹੁਣ ਜਿਹੜੇ ਮਿਨਿਸਟਰ ਜਿਹੜੇ ਸੀਐਮ ਵੀ ਬਣਾਏ ਨੇ ਰਾਜਸਥਾਨ ਦੇ ਬਣਾਏ ਨੇ ਜਾਂ ਛਤੀਸਗੜ੍ਹ ਦੇ ਆ ਜਾਂ ਮੱਧ ਪ੍ਰਦੇਸ਼ ਦੇ ਕੀ ਨੇ ਉਹ ਵਿਚਾਰੇ ਉਹ ਸਾਰਾ ਰਿਮੋਟ ਇਹਨਾਂ ਦੇ ਕੋਲ ਹੈ ਇਹ ਇਹ ਐਂਟੀ ਮਤਲਬ ਜਿਹੜਾ ਹੈਗਾ ਨਾ ਕਨਸਟੀਟਿਊਸ਼ਨ ਉਹਦੇ ਇਹ ਸਰਕਾਰ ਕੰਮ ਕਰਦੀ ਹੈ ਆਪਣੇ ਦੂਜਿਆਂ ਨੂੰ ਉਸੇ ਤਰੀਕੇ ਨਾਲ ਵੇਦੀ ਹੈ ਪਰ ਸਾਡੇ ਇੱਥੇ ਇਹੋ ਜਿਹਾ ਕੁਝ ਨਹੀਂ ਹੈਗਾ ਸਾਡੇ ਡੈਮੋਕ੍ਰੇਸੀ ਨਾਲ ਕੰਮ ਕਰਦੇ ਆ। ਅਗਲਾ ਜੀ ਤੁਸੀਂ ਦੋ ਵਾਰ ਦੇ ਐਮਪੀ ਰਹੇ ਹੋ। ਤੀਸਰੀ ਵਾਰ ਚੋਣ ਮੈਦਾਨ ਦੇ ਵਿੱਚ ਉਹ ਇਸ ਸਿਨੈਰੀਓ ਦੇ ਵਿੱਚ 2022 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਕਈ ਵੱਡੇ ਜੋ ਕਾਂਗਰਸ ਦੇ ਆਗੂ ਸੀਗੇ ਜਿੱਚ ਕੈਪਟਨ ਵਿੰਦਰ ਸਿੰਘ ਗੱਲ ਕਰ ਲਈਏ ਪਰਨੀਤ ਕੌਰ ਦੀ ਗੱਲ ਕਰ ਲਈਏ ਸੁਨੀਲ ਜਾਖੜ ਉਹਨਾਂ ਦੀ ਗੱਲ ਕਰ ਲਈਏ ਚਾਹੇ ਜਲੰਧਰ ਤੋਂ ਸੀ ਲਿੰਕ ਹੋਣਾਂ ਦੀ ਗੱਲ ਕਰ ਲਈਏ ਕਈ ਵੱਡੇ ਚਿਹਰੇ ਨੇ ਜਿਨ੍ਹਾਂ ਦੇ ਪਾਰਟੀ ਦੇ ਫੇਰ ਬਦਲ ਹੋਏ ਨੇ। ਇਹ ਸਭ ਦੇ ਵਿਚਾਲੇ ਵੀ ਜੋ ਐਕਜ਼ਿਟ ਪੋਲ ਦੱਸ ਰਹੇ ਨੇ 8 ਤੋਂ 10 ਸੀਟਾਂ ਕਾਂਗਰਸ ਦੀ। ਕਾਂਗਰਸ ਦੇ ਇਸ ਪ੍ਰਦਰਸ਼ਨ ਨੂੰ ਤੁਸੀਂ ਆਪਣੇ ਸ਼ਬਦਾਂ ਕੀਤਾ। ਦੇਖੋ ਕਾਂਗਰਸ ਲੀਡਰ ਲੀਡਰ ਬਦਲਦੇ ਨੇ ਵਰਕਰ ਨਹੀਂ ਬਦਲਦਾ ਨਾ ਕਾਂਗਰਸ ਦੀ ਥੋਟ ਤੇ ਉੱਥੇ ਹੀ ਹੈ ਵਿਚਾਰਤਾ ਥੋੜਾ ਜਿਹਾ ਤਾਂ ਇਹਨਾਂ ਦੇ ਜਾਨਾ ਵਿਚਾਰਤਾ ਰ ਖਤਮ ਹੋ ਗਈ ਵਿਚਾਰਤਾ ਰਾਣੇ ਇਹਨੂੰ ਲੀਡਰ ਬਣਾਇਆ ਸੀ ਵਰਕਰ ਨੇ ਇਹਨਾਂ ਨੂੰ ਇਹਨਾਂ ਨੂੰ ਲੀਡਰ ਬਣਾਇਆ ਸੀ ਇਹ ਛੱਡ ਕੇ ਗਏ ਨੇ ਵਰਕਰ ਥੋੜਾ ਕਿਤੇ ਗਿਆ ਅੱਜ ਤੁਹਾਡੇ ਸਾਹਮਣੇ ਆ ਜੇ ਲੀਡਰ ਸਾਈਡ ਤੇ ਵੀ ਹੋਏ ਨੇ ਜਿਵੇਂ ਕਹਿੰਦੇ ਦਿੱਗਜ ਲੀਡਰ ਸਾਈਡ ਤੇ ਹੋਗੇ ਨੇ ਤੇ ਫਿਰ 8 ਤੋਂ 10 ਸੀਟਾਂ ਕਿੰਨਾ ਲੈ ਕੇ ਦੇਣੀਆਂ ਨੇ ਇਹ ਉਹਨਾਂ ਲੋਕਾਂ ਦੇ ਕੰਨ ਖੁੱਲਦੇ ਨੇ ਇਸ ਚੀਜ਼ ਨਾਲ ਕਿ ਭਾਈ ਤੁਸੀਂ ਨਹੀਂ ਹੋ ਸਭ ਕੁਝ ਕਾਂਗਰਸ ਵਰਕਰ ਨੇ ਤੁਹਾਨੂੰ ਬਣਾਇਆ ਸੀ ਕਾਂਗਰਸ ਪਾਰਟੀ ਨੇ ਤੁਹਾਨੂੰ ਬਣਾਇਆ ਸੀ ਅੱਜ ਕਾਂਗਰਸ ਵਰਕਰ ਜਿਹੜਾ ਵਾ ਮਿਹਨਤ ਕੀਤੀ ਔਨੇ ਲੋਕਾਂ ਨੂੰ ਨਾਲ ਲਿਆ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਤੇ ਅੱਜ ਅਟ ਤੋਂ ਦਾ ਸੀਟ ਜਿਹੜੀਆਂ ਉਹ ਜੋ ਸਰਵੇ ਦੱਸ ਰਿਹਾ ਉਹ ਆ ਰਿਹਾ ਜੇ ਦੇਸ਼ ਦੀ ਗੱਲ ਕਰੀਏ ਇੰਡੀਆਨ ਲਾਇੰਸ ਚ ਦਾ ਨਾਰਾ ਸੀ 400 ਪਾਰ ਜਾਂਦਾ ਪੰਜਾਬ ਦੇ ਵਿੱਚ 13 0 ਦਾ ਆਮਾਦੀ ਪਾਰਟੀ ਦੇ ਵੱਲੋਂ ਦਿੱਤਾ ਗਿਆ ਸੀ ਦੋਹਾਂ ਚੀਜ਼ਾਂ ਤੇ ਵੀ ਤੁਹਾਡਾ ਕੀ ਕੰਮ ਦੋਨੋਂ ਹੀ ਉਲਟੂਗਾ ਕੰਮ ਇਹ ਵੀ ਇਹ ਵੀ ਮੇਰਾ ਤਾਂ ਖਿਆਲ ਹੈ ਕਿ ਇਹਨਾਂ ਦਾ ਸ਼ਾਇਦ ਹੀ ਖਾਤਾ ਖੁੱਲੇ ਕੇਂਦਰ ਦਾ ਕੀ ਲੱਗ 13 0 ਕੇਂਦਰ ਦੇ ਵਿੱਚ ਉਹ ਕਰੀਬ 150 ਦੇ ਲਾਗੇ ਰਹਿਣਗੇ ਤੇ ਇੰਡੀਆ ਲਾਈਨਸ ਇੰਡੀਆ ਲਾਈਨਸ ਪੌਣੇ 300 ਦੇ ਕਰੀਬ ਜਾਏਗਾ ਆ ਚਾਰਜ ਨੂੰ ਕਹਿ ਸਕਦੇ ਹਾਂ ਕਿ ਕੁਝ ਹੀ ਸਮੇਂ ਤੋਂ ਬਾਅਦ ਆਜਣੇ ਐ ਈਵੀਐਮ ਖੁੱਲ ਜਾਣੀਆਂ ਨੇ ਨਤੀਜੇ ਆ ਜਾਣੇ ਆ ਤੁਸੀਂ ਕੀ ਆਸਮੰਦਤਾ ਲਗਾਈਆਂ ਬਾਈ ਮੈਨੂੰ ਉਮੀਦਾਂ ਨੇ ਮੇਰੀ ਉਮੀਦਾਂ ਤੁਸੀਂ ਗੱਲ ਗਲਤ ਸੁਣੀ ਹੈ ਨਹੀਂ ਕਿ ਇੰਡੀਆ ਲਾਈਨ ਦੀ ਸਰਕਾਰ ਬਣੇਗੀ ਅਸੀਂ ਜਿੱਤਾਂਗੇ ਹਾਂ ਤਾਂ ਬਿਲਕੁਲ ਇਸਾਨ ਸਾੜ ਨਾਲ ਆਪਣੀ ਸਰ ਤੋਂ ਕਾਂਗਰਸ ਦੇ ਲੋਕ ਸਭਾ ਮੀਦਵਾਰ ਕੁਰਸੀ ਸਿੰਘ ਆਜਲਾ ਔਰ ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਇਸ ਦੇਸ਼ ਦੇ ਵਿੱਚ ਇੰਡੀਆ ਲਾਇੰਸ ਦੀ ਸਰਕਾਰ ਚਾਜੂਰ ਨੂੰ ਬਣਨ ਜਾ ਰਹੀ ਹੈ ਔਰ ਜੋ ਵਿਪੱਖਸ਼ ਦੇ ਵੱਲੋਂ ਗੱਲਾਂ ਕਹੀਆਂ ਜਾ ਰਹੀਆਂ ਸੀਗੀਆਂ ਉਸ ਨੂੰ ਵੀ ਉਹਨਾਂ ਨੇ ਕਾਊਂਟਰ ਕੀਤਾ ਔਰ ਫਿਲਹਾਲ 4 ਤਰੀਕ ਨੂੰ EVM ਖੁੱਲ੍ਹੀਆਂ ਨੇ ਨਤੀਜੇ ਆਉਣੇ ਨੇ ਔਰ ਫਿਰ ਪਤਾ ਲੱਗੇਗਾ ਕਿ ਕਿਸ ਸਿਆਸੀ ਪਾਰਟੀ ਦੇ ਹੱਥ ਦੇਸ਼ ਦੀ ਸੱਤਾ ਆਉਂਦੀ ਹੈ ਔਰ ਕੌਣ ਦੇਸ਼ ਨੂੰ ਅੱਗੇ ਸੰਭਾਲਦਾ ਅੰਮ੍ਰਿਤਸਰ ਤੋਂ ਨਿਤੀਸ਼ ਸਬਰਵਾਲ ਨਿਊਜ਼ 19 ਪੰਜਾਬ